स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड कोट करोड़ कलां बिल्कुल नैशनल हाईवे दे उत्ते जिहड़ा फरीदकोट तो श्री अमृतसर नूं जांदा ते टोल प्लाजे दे बिल्कुल कोल है दोस्तों। टोल वाला पिंड है कोट करोड़ पिंड दा नाम। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਦੂਜੀ ਵੀਡੀਓ ਆ ਵਪਾਰ ਦਾ ਬਾਈ ਦਾ ਕੰਮ ਹੈਗਾ ਤੇ ਹੁਣ ਜਰਸੀ ਗਾਵਾਂ ਆਇਆ ਕਰਨਗੀਆਂ। ਇੱਕ ਤੁਹਾਨੂੰ ਤੋਕੜ ਗਾਂ ਦਿਖਾਉਣੀ ਆ ਸਾਹਮਣੇ ਖੜੀ ਆ ਤਾਜ਼ੀ ਸੂਈ ਵੀ ਗਾਂ ਤੇ ਬੱਚਾ ਵੀ ਇਹਦੇ ਨਾਲ ਵੱਛੀ ਬਹੁਤ ਸੋਹਣੀ ਆ। ਇਦੂ ਅੱਗੇ ਜਿਹੜੀ ਗਾਂ ਉਹ ਤੋਕੜ ਗੱਭਣ ਜਰਸੀ ਆ। ਸੋ ਤੁਹਾਨੂੰ ਤਿੰਨ ਨਾਗ ਦਿਖਾ ਦਿੰਦੇ ਹਾਂ ਦੋਸਤੋ ਤੇ ਤਿੰਨੇ ਹੀ ਰੰਗ ਆ ਇਹਦੇ ਚ। ਤੋਕੜ ਗੱਭਣ ਵੀ ਆ ਗਈ, ਤਾਜ਼ੀ ਸੂਈ ਵੀ ਜਰਸੀ ਆ ਗਈ ਤੇ ਇੱਕ ਤੋਕੜ ਜਰਸੀ। ਸੋ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੇ ਆ ਕੇ ਆਪਦੀ ਤਸੱਲੀ ਨਾਲ ਖਰੀਦੋ ਜੇ। ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਊਂਗਾ ਤਾਂ ਉਹ ਵੀਰ ਨਾਲ ਗੱਲਬਾਤ ਕਰਕੇ ਪਹਿਲਾਂ ਤੋਕੜ ਗੱਭਣ ਬਾਰੇ ਡਿਟੇਲ ਪੁੱਛਦੇ ਹਾਂ, ਉਦੋਂ ਬਾਅਦ 'ਚ ਦੋਸਤੋ ਤੁਹਾਨੂੰ ਇਹ ਜਿਹੜੀ ਤਾਜ਼ੀ ਸੂਈ ਵੀ ਇਹ ਗਾਂ ਦਿਖਾਵਾਂਗੇ। ਬਾਈ ਸਤਿ ਸ਼੍ਰੀ ਅਕਾਲ, ਨਾਮ ਦੱਸਿਓ ਜੀ ਆਪਣਾ। ਮਲਕੀਤ ਸਿੰਘ। ਠੀਕ ਹੈ ਮਲਕੀਤ ਬਾਈ, ਵਪਾਰ ਦਾ ਕੰਮ ਕਰਦੇ ਆਪਾਂ ਨਾ ਜੀ, ਹੁਣ ਸ਼ੁਰੂ ਕੀਤਾ ਦੁਬਾਰਾ। ਠੀਕ ਹੈ, ਜਰਸੀ ਆਇਆ ਕਰਨਗਾ? ਹਾਂਜੀ ਜਰਸੀ। ਜਿਹੜੀ ਪਹਿਲੇ ਨੰਬਰ ਤੇ ਜਰਸੀ ਹੈ ਬਾਈ, ਕਿੰਨਾ ਸੂਆ ਹੈ? दुध 12 किलो दे रही है। ये भी थोड़े को मौका जिहड़ा वीर जर्सी दे काम करना चाहुंदा। चंगी जर्सी लगी, सोहनी लगी, ढांचे दी भी ते थण हवाने दी भी। दुध इस टाइम 12 किलो आ, तुसी तोल के लै सकदे हो। बा कमाला भाई, 45,000 डिमांड आ दोस्तों। सोहना स्ट्रक्चर, सोहना थान हवाना है। दूजे सूए वास्ते इस टाइम गब्बन जर्सी। सो पसंद थोनू आऊगी, सोहनी है स्ट्रक्चर की भी, रंग रूप की भी, हवाना भी चंगा दिखा रही है। सो तोकड़ गब्बन जर्सी। इदू अगे एक ताजी सूई भी जर्सी बाई कोल, इहदे बारे भी आपां जानकारी लैंदे हां। ਇਹ ਕਨਵਾ ਸੂਆ ਸੂਈ ਹੈ ਬਾਈ? ਪਹਿਲੇ ਸੂਏ ਪਲੂਣ ਆ ਜੀ। ਦੰਦੋ ਕਿਵੇਂ ਇਹ? 4 ਦੰਦ? ਹਾਂਜੀ 4 ਦੰਦ। ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਅੱਜ ਇਹ 5ਵਾਂ ਦਿਨ ਆ। ਦੁੱਧ ਹੁਣ ਕਿੰਨਾ ਹੋਊਗਾ? ਦੁੱਧ 12 ਕਿਲੋ ਬੜਾ ਤਿਆਰ ਆ। ਰੇਟ ਕੀ ਰੱਖਿਆ ਇਹਦਾ? ਰੇਟ ਦਾ 55,000। ਹਾਂਜੀ ਠੀਕ ਹੈ ਦੋਸਤੋ, 55,000 ਰੇਟ ਆ। ਵੱਡੇ ਕੱਦ ਦੀ ਹੈ, ਕੱਦ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਘੱਟ ਸੰਭਾਲ ਵਾਲੇ ਵੀਰ ਕੋਲੋਂ ਆਈ ਲੱਗਦੀ ਹੈ, ਪਰ ਕੱਦ ਕਾਠ ਬਹੁਤ ਹੈ ਇਸ ਜਰਸੀ ਦਾ। ਚਿਹਰੇ ਦੀ ਸ਼ੇਪ ਦੇਖ ਲਓ, ਬਿਲਕੁਲ ਪਿਓਰ ਤੁਹਾਨੂੰ ਜਰਸੀ ਦਿਸੂਗੀ। ਤੋਰਦੇ ਪਈ ਇਹਨੂੰ, ਇਹਦੇ ਨਾਲ ਬੱਚਾ ਵੱਛੀ ਹੈ ਦੋਸਤੋ। 55,000 ਰੇਟ ਹੈ, ਮਾਨ ਤਾਨ ਮੌਕੇ ਤੇ ਹੋਊਗਾ। 5-6 ਦਿਨਾਂ ਦੀ ਸੂਈ, ਦੁੱਧ 12 ਕਿਲੋ ਕਰ ਰਹੀ ਹੈ। ਉਮੀਦ ਹੈ ਵੀ ਦੁੱਧ ਚੰਗਾ ਦੇ ਦੂਗੀ। ਕੱਦ ਤੇ ਇਹਦਾ ਦੋਸਤੋ ਲੈਂਥ ਬਹੁਤ ਜ਼ਿਆਦਾ, ਵੇਲ ਵੀ ਚੰਗੀ ਹੈ, ਕੱਦ ਵੀ ਚੰਗਾ। ਹਵਾਨਾ ਦੇਖ ਸਕਦੇ ਹੋ, ਸ਼ਾਮ ਨੂੰ ਚਵਾਈ ਦੇ ਟਾਈਮ ਵੀ ਵੀਡੀਓ ਬਣਾ ਰਹੇ ਹਾਂ। ਸੋਹਣਾ ਹਵਾਨਾ ਦਿਖਾਉਂਦੀ ਹੈ, ਪੂਰਾ ਜੋਸ਼ ਵਾਲਾ, ਥਣ ਦਾ ਸਾਈਜ਼ ਵੀ ਚੰਗਾ। ਇਹਦੀ ਤੁਹਾਨੂੰ ਜੇ ਵੱਛੀ ਦਿਖਾਵਾਂ ਦੋਸਤੋ ਤਾਂ ਉਹ ਇਹਦੇ ਨਾਲੋਂ ਵੀ ਜ਼ਿਆਦਾ ਪਿਓਰ ਵੱਛੀ ਦਿਸਦੀ ਹੈ। ਤੁਸੀਂ ਦੇਖ ਸਕਦੇ ਹੋ ਰੰਗ ਰੂਪ ਵੱਛੀ ਦਾ, ਛੋਟੇ ਕੰਨ, ਬਿਲਕੁਲ ਸੋਹਣੀ ਵੱਛੀ ਆਈ ਹੈ, ਨਾੜੂਆ ਬਿਲਕੁਲ ਨਾਲ ਹੈ। ਸੋ ਇਹ ਵੱਛੀ ਹੈ ਇਸ ਗਾਂ ਦੇ ਨਾਲ, ਜਿਹੜੀ ਤਾਜ਼ੀ ਸੂਈ ਤੁਹਾਨੂੰ ਜਰਸੀ ਦਿਖਾਈ ਹੈ ਇਹਦੇ ਨਾਲ। ਸੋ ਜੋ ਕਿ ਦੁੱਧ ਵੱਲੋਂ ਜਾਂ ਜਿਵੇਂ ਚੈੱਕ ਪਾਸ, ਇਹ ਸਾਰਾ ਕੁਛ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਇੱਕ ਤੋਕੜ ਜਰਸੀ ਹੈ ਦੋਸਤੋ ਬਈ, ਇਹ ਕਹਿਣਾ ਸੂਆ ਸੂਈ ਹੈ। ਛੇ ਕਿਲੋ ਦੁੱਧ, ਦੋ ਟਾਈਮ ਦਾ ਚੋਲਿਓ ਜੇ। ਵੈਸੇ ਇਹ ਖਾਲੀ ਹੈ। ਸੋ ਰੰਗ ਰੂਪ ਤੁਹਾਡੇ ਸਾਹਮਣੇ ਆ, 22,000 ਰੁਪਈਆ ਡਿਮਾਂਡ ਹੈ। ਬਾ ਮੋੜ ਲਾ ਬਾਈ, ਹਵਾਨਾ 6 ਕਿਲੋ ਦੇ ਹਿਸਾਬ ਤੇ ਸਾਫ਼ ਹੈ, ਸੋਹਣਾ ਸਟਰਕਚਰ ਤੁਸੀਂ ਵੀਡੀਓ 'ਚੋਂ ਦੇਖ ਹੀ ਰਹੇ ਹੋ ਦੋਸਤੋ। ਸੋ ਇਹ ਜਰਸੀ ਫੋਰ ਸੇਲ ਹੈ, ਤੋਕੜ ਜਰਸੀ ਹੈ। ਇੱਕ ਇਹ ਬੱਕਰੀ ਵੀ ਬਾਈ ਦੱਸਦਾ ਸੀ ਦੋਸਤੋ ਵੇਚਣੀ ਹੈ, ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਂਦੇ ਹਾਂ, ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਬੱਕਰੀ ਦੀ ਉਮਰ ਕਿੰਨੀ ਕੁ ਹੈ ਬਾਈ? ਇਹਦੀ ਉਮਰ ਜੀ ਪਹਿਲੇ ਸੂਏ ਸੂਈ ਆ, ਜਾਨੀ ਦੀ ਹਜੇ 24 ਆ ਮੂੰਹ ਵੀ। ਠੀਕ ਹੈ, ਪਹਿਲੇ ਸੂਈ ਲਈ ਮਤਲਬ 2-2.5 ਮਹੀਨੇ ਦੀ ਇਹ ਬਣੀ ਵੀ ਹੈਗੀ ਆ, ਗਰੰਟੀ ਨਹੀਂ ਇਹਦੀ ਦੇ ਸਕਦੇ ਆਪਾਂ। ਠੀਕ ਹੈ, ਇਹਦਾ ਕੋਈ ਚੈੱਕ ਪਾਸ ਤਾਂ ਹੈ ਨਹੀਂਗਾ। ਠੀਕ ਹੈ, ਹਾਂਜੀ। ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ 16,000। 16,000 ਰੇਟ ਆ ਦੋਸਤੋ ਇਹਦੀ, ਬਾਰੇ ਜਿੰਨੀ ਕੁ ਮੈਨੂੰ
नॉलेज है, मैं क्वेश्चन पूछ लिया, बाकी तुसी आप देख लो जी। मतलब चिट्टी अख वाली है, बीटल नसल है, पहला सूआ सूई है, दूजे सूए वास्ते 2 महीनों तो उत्ते गब्बन है, पर गब्बन तुसी इहनू खाली समझ के बेशक ले लो, क्योंकि इहदी कोई चेक पास वाली गरंटी तो होंगी नहीं। सो जिहड़ा वीर खरीदना चाहे इहदे लई भी फोन करो। 3 नग दोस्तों जर्सियां च सीगे, 3 दिखाते हैं, जिहड़ी चंगी लगे आपदी निरख परख ना खरीद लो। धन्यवाद।